देखो सारे मीडिया वाले मैं समझदा जिन्नी भारी घोर निंदा कल तो अज तक सारे पंजाब दे मीडिया ने जिहड़े बीजेपी दे प्रधान ने नड्डा साहब उन्होंने जदों नकली किराए ते पग्गां मंगा आप नहीं किराए ते पग्गां मंगा के अपने सिरां ते रखियां ते असली पग्गां वालिआं नूं असली पंजाबीआं नूं ओह उत्थों वंगार रहे सी ते दलाल कह रहे सी नकली पग रंग बिरंगियां पग्गां बन के 50 रुपए दे विच ओह पग बना के पंजाबीआं नूं दलाल कह रहे सी किसानां नूं दलाल कह रहे सी ते हुण तुसीं चाहुंदे हो ते नौ भी लै रहे सी चुग साहब दसो मैं सही कह रहा प्रधान जी अश्विनी जी दसो मैं सही कह रहा पर आ मैं लैटर आ जिहड़ी आ दिल्ली नूं जा रहा मीडिया वाले मेरे नाल ने गलबात चल रही है ये चिट्ठी दे विच टोटल सारे जो पिछले एक महीने च जिहड़ी तुसीं कहने हो ना भी असीं आ तीन बिल लिया के ये ओपन मार्केट करती ओपन मंडियां करतियां उहदे बारे वो सच्चाई विद प्रूफ भी पिछले जदों साढ़े एम एस पी 1888 रुपए की एम एस पी आ पंजाब दे किसान 1888 रुपए अपना फसल झोना बेच रहे क्योंकि उरे एम एस पी मंडी आ ते मंडी करन हुण इहदे विच जिहड़ा लिफाफे च सारे ट्रक नंबर नोट ने जिहड़े 100 ट्रक पटियाले 100 ट्रक जीरकपुर इधर बॉर्डर ते 100 ट्रक इधर मानसा 100 ट्रक फाजिलका अबोर रोज दा वो ट्रक किहदा है जिथे तुसी कह रहे हो बहुत वधिया मंडी करन यूपी दा मध्य प्रदेश दा दिल्ली दा ते वो ट्रक किवें आउंदे आ वो ट्रक उत्थे जिहड़ा हाल आ यूपी दे विच वो व्यापारी आउंदा जिहड़ा तुसी व्यापारी उरे भेजना चाहुंदे हो वो व्यापारी आउंदा भी जे ता भाई नगद पैसे लेने आ फिर ता 1000 रुपए क्विंटल ले लो ये हाल आ उत्थे दा जे लेने आ 1100 रुपया तो फिर एक महीने बाद पैसे जे लेने 1200 रुपया क्विंटल तो फिर दो महीने बाद पैसे मिलने जे हुण ही लेने तो 1000 ते उत्थों थोड़े दलाल थोड़े व्यापारी ने जिहड़े अडानी बानी एक नौ चलता इह जे थोड़े कोल हजारां ने ਉਹ ਉੱਥੋਂ ਟਰੱਕ ਭਰ ਰਹੇ ਆ ਇੱਕ ਟਰੱਕ ਦੇ ਵਿੱਚ 200 ਕੁਇੰਟਲ 10 ਟੈਰੀ ਜਿਹੜਾ ਟਰੱਕ ਆ 12 ਟੈਰੀ ਟਰੱਕ ਆ ਉਹ 'ਚ ਤਕਰੀਬਨ 600 ਬੈਗ ਕਿਉਂਕਿ 35 ਕਿਲੋ ਦਾ ਇੱਕ ਜਿਹੜਾ ਇਹ ਬੈਗ ਹੁੰਦਾ ਇਹ ਝੋਨੇ ਦਾ 200 ਕੁਇੰਟਲ ਉਹ ਉੱਥੋਂ ਭਰ ਕੇ ਲਗਾਤਾਰ ਇਹ ਕੰਮ ਹੁਣ ਤਾਂ ਮੂਹਰੇ ਆ ਗਿਆ ਅਤੇ ਉਦੋਂ ਤੱਕ ਅਸੀਂ ਵੀ ਨਹੀਂ ਰੋਕ ਰਹੇ ਸੀ ਵੀ ਚਲੋ ਕੋਈ ਗੱਲ ਨਹੀਂ ਜੇ ਯੂਪੀ ਵਾਲਿਆਂ ਨੂੰ ਫਾਇਦਾ ਹੁੰਦਾ ਇਸ ਗੱਲ ਦਾ MSP ਦਾ ਫਾਇਦਾ ਹੁੰਦਾ ਉੱਥੇ ਨਹੀਂ ਵਿਕਦੀ ਮੱਧ ਪ੍ਰਦੇਸ਼ ਨੂੰ ਫਾਇਦਾ ਹੁੰਦਾ ਹੋ ਲਵੇ ਹੁਣ ਅਸੀਂ ਟਰੱਕ ਆ ਜਿਹੜੇ ਤੁਹਾਡੇ ਇਹ ਬਿਲਕੁਲ ਜਿਹੜੇ ਸਾਡੇ ਕਿਸਾਨ ਨੇ ਅਤੇ ਸਾਡੀ ਸਰਕਾਰ ਨੇ ਚਲਾਨ ਕਰਤੇ ਚਲੋ ਵੀ ਕਿਉਂਕਿ ਕਿਸੇ ਦਾ ਅੰਨ ਦਾ ਮਾਲ ਆ ਸਮਾਨ ਆ ਦੇਖੋ ਗੱਲਾਂ ਦੁੱਖ ਹੁਣ ਤੁਸੀਂ ਇਹ ਦੇਖ ਲਓ ਵੀ ਜਿਹੜਾ ਉੱਥੇ ਮੰਡੀਆਂ ਇਹ ਮੰਡੀਆਂ ਕਰ ਮੰਡੀ ਕਰਨ ਨਹੀਂ ਗਾ ਨੱਡਾ ਸਾਹਿਬ ਆ ਚਿੱਠੀ ਤੁਹਾਨੂੰ ਪ੍ਰਾਈਮ ਮਿਨਿਸਟਰ ਸਾਹਿਬ ਅਤੇ ਸਾਡੇ ਖੇਤੀ ਮੰਤਰੀ ਨੂੰ ਹੈਂਡ ਓਵਰ ਕਰਨੀ ਆ ਵੀ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਸਟੇਟਾਂ ਖੋਲਤੀਆਂ ਤੇ ਫਿਰ ਤੁਹਾਡੇ ਯੂਪੀ ਦਿੱਲੀ ਮੱਧ ਪ੍ਰਦੇਸ਼ 1888 ਨਾਲ ਉੱਤੇ 2000-2500 ਰੁਪਇਆ ਰੇਟ ਮਿਲਣਾ ਚਾਹੀਦਾ ਇੱਥੋਂ ਦੇ ਟਰੱਕ ਭਰ ਕੇ ਮੇਰੀ ਖੇਤੀ ਮੇਰੀ ਜ਼ਮੀਨ ਆ ਮੈਂ ਫਿਰ 1888 ਨੂੰ ਕਿਉਂ ਵੇਚਦਾ ਮੈਂ ਜਾਂਦਾ ਤੁਹਾਡੇ ਭਰ ਕੇ ਯੂਪੀ ਤੁਹਾਡੇ ਦਿੱਲੀ ਤੁਹਾਡੇ ਮੱਧ ਪ੍ਰਦੇਸ਼ ਵੀ ਮੈਨੂੰ ਤਾਂ 2000-2500 ਰੁਪਇਆ ਰੇਟ ਮਿਲ ਰਿਹਾ ਪਰ ਤੁਹਾਡਾ ਇੱਥੋਂ ਹੀ ਪਰਦਾਫਾਸ਼ ਹੋ ਗਿਆ ਇਹ ਕਾਨੂੰਨ ਉੱਥੇ ਪਹਿਲਾਂ ਲਾਗੂ ਨੇ ਅਤੇ ਹੁਣ ਤਾਂ ਤਕਰੀਬਨ 8 ਮਹੀਨੇ 9 ਮਹੀਨੇ ਵੈਸੇ ਹੀ ਹੋ ਗਏ ਲਾਗੂ ਹੋਏ ਨੂੰ ਅਤੇ ਕਿਉਂ ਨਾ ਦੋ ਕਣਕ ਦਾ ਸੀਜ਼ਨ ਵੀ ਨਹੀਂ ਗਿਆ ਇੱਕਾ ਝੋਨੇ ਦਾ ਆ ਗਿਆ ਕਿਉਂ ਫਿਰ ਉੱਥੋਂ ਟਰੱਕ ਭਰ ਕੇ ਇੱਥੇ ਆ ਰਹੇ ਦੂਜਾ ਬਾਸਮਤੀ ਬਾਸਮਤੀ ਦਾ ਤੁਹਾਡਾ ਰੇਟ ਮਿਲ ਰਿਹਾ ਉੱਥੇ 25 ਸਾਡੇ ਮਿਲ ਰਿਹਾ 2400-2500 ਰੁਪਈਆ ਤੁਹਾਡੇ ਮਿਲ ਰਿਹਾ 1800 ਉਹ ਵੀ ਟਰੱਕ ਉਰੇ ਆ ਰਹੇ ਆ ਫਾਜ਼ਿਲਕਾ ਇਹ ਅਬੋਹਰ ਅਤੇ ਫਿਰੋਜ਼ਪੁਰ ਵੱਲ ਤੇ ਅੱਜ ਇੱਕ ਟਰੱਕ 'ਚ ਤੁਹਾਡਾ ਦਲਾਲ ਪੰਜਾਬ 'ਚ ਫਸਲ ਵੇਚ ਕੇ 60,000 ਰੁਪਈਆ ਇੱਕ ਟਰੱਕ ਦਾ ਕਮਾ ਰਿਹਾ ਤੇ ਮੇਰੇ ਭਰਾਵੋ ਕਈ ਗੱਲਾਂ ਇਹ ਤਾਂ ਪਰਦਾਫਾਸ਼ ਨੱਡਾ ਸਾਹਿਬ ਨੂੰ ਅੱਜ ਟਰੱਕ ਨੰਬਰ ਲਾ ਕੇ ਮੈਂ ਆਹ ਹੈਂਡ ਓਵਰ ਆਪਣੇ ਲੈਟਰ ਪੈਡ 'ਤੇ ਇਹਨਾਂ ਨੂੰ ਚਿੱਠੀ ਹੈਂਡ ਓਵਰ ਕਰਨ ਚੱਲਿਆਂ ਵੀ ਇੱਥੋਂ ਇਹਦਾ ਇਹ ਆਹ ਪਰੂਫ ਆ ਵੀ ਤੁਹਾਡਾ ਜਿਹੜਾ ਦਾਅਵੇ ਕੀਤੇ ਆ ਜਿਹੜੇ ਬਿਹਾਰ 'ਚ ਪ੍ਰਾਈਮ ਮਿਨਿਸਟਰ ਸਾਹਿਬ ਦਾਅਵੇ ਕਰ ਰਹੇ ਆ ਜਦ ਤੁਸੀਂ ਇਹ ਲੈਕਚਰ ਕਰ ਰਹੇ ਹੋ ਇਹ ਸਰਾਸਰ ਝੂਠ ਇਹ ਤਾਂ ਤੁਹਾਡੇ ਮੂਹਰੇ ਪੇਸ਼ ਹੋ ਗਿਆ ਤੁਹਾਡੇ ਮੀਡੀਆ
ਜਿਹੜੇ ਤੁਹਾਡੇ ਚਲਾਏ ਹੋਏ ਚੈਨਲ ਨੇ ਉਹ ਮੀਡੀਆ 'ਚ ਆ ਰਿਹਾ ਵੀ ਉੱਥੋਂ ਟਰੱਕ ਚੱਲ ਕੇ ਰੋਜ਼ ਦੇ ਪੰਜਾਬ 'ਚ ਵੇਚਣ ਆ ਰਿਹਾ ਕਿਉਂਕਿ ਉੱਥੇ ਫਸਲ ਵਿਕ ਨਹੀਂ ਰਹੀ ਅਤੇ 60,000 ਰੁਪਇਆ ਇੱਕ ਟਰੱਕ ਮਗਰ ਕਮਾਈ ਕਰ ਰਹੇ ਆ। ਇਹ ਨੱਡਾ ਸਾਹਿਬ ਇਹ ਦਲਾਲ ਨੇ, ਇਹ ਤੁਹਾਡੇ ਦਲਾਲ ਨੇ ਉੱਥੋਂ ਭੇਜੇ ਹੋਏ। ਅਤੇ ਯੂਪੀ 'ਚ ਯੋਗੀ ਸਾਹਿਬ ਕਿਉਂ ਨਹੀਂ ਖਰੀਦ ਕਰ ਲੈਂਦੇ? ਦਿਖਾਉਣ ਕਿੱਥੇ 1,888 ਰੁਪਏ ਵਿਕਦੀ ਆ, ਆ ਨਾਲ ਹਰਿਆਣਾ ਚਲੋ ਇਹ 'ਚ ਦਿਖਾ ਦੇਣ ਵੀ 1,888 ਤੋਂ ਉੱਤੇ MSP ਤੋਂ ਕਿੰਨੀ ਖਰੀਦ ਆ ਜਿਹੜੀ ਜਿਹੜੀ ਖੱਟਰ ਸਾਹਿਬ ਨੇ ਜਾਂ ਚੁਟਾਲਾ ਸਾਹਿਬ ਨੇ ਕੀਤੀ ਹੈ। ਇਸ ਕਰਕੇ ਇਹ ਗੱਲਾਂ ਤੁਸੀਂ ਨਾ ਕਰੋ। ਦੂਜੀ ਗੱਲ, ਇਹ ਕਾਂਗਰਸ ਪਾਰਟੀ ਆ, ਕਿਸਾਨੋਂ ਬਿਲਕੁਲ ਫਿਕਰ ਕਰਨ ਦੀ ਲੋੜ ਨਹੀਂ। ਕਿਉਂ ਮੈਂ ਕਹਿ ਰਿਹਾ, ਕਿਉਂਕਿ ਐਸੇ ਬਿੱਲ ਨੇ, ਰਾਈਟ ਟੂ ਇਨਫੋਰਮੇਸ਼ਨ RTI ਉਹ ਬਣਾ ਕੇ ਗਏ, ਰਾਈਟ ਟੂ ਫੂਡ ਬਣਾ ਕੇ ਗਏ, ਰਾਈਟ ਟੂ ਐਜੂਕੇਸ਼ਨ ਬਣਾ ਕੇ ਗਏ, ਰਾਈਟ ਟੂ ਜਿਹੜਾ PDS ਸਿਸਟਮ ਉਹ ਕਿਵੇਂ ਬੰਦ ਕਰ ਲੈਣਗੇ? ਜਿਹੜਾ ਹਰ ਗਰੀਬ ਨੂੰ ਜਿਹੜੀ ਦਾਲ ਰੋਟੀ ਉਹ ਦੇਣੀ ਦੇਣੀ ਆ, ਤੇ ਉਹ ਕਿੱਥੋਂ ਆਊਗੀ? ਪੰਜਾਬ ਦਾ ਜਿਹੜੀ ਕਣਕ ਆ ਜਾਂ ਝੋਨਾ ਇਹ ਨਹੀਂ ਖਰੀਦਣਗੇ ਤੇ PDS ਸਿਸਟਮ ਕਿੱਥੇ ਚੱਲੂ? ਜਿਹੜਾ ਰਾਈਟ ਟੂ ਫੂਡ ਦੇ ਕੀਤਾ ਏ, PDS ਸਿਸਟਮ ਜਿਹੜਾ ਚੱਲ ਰਿਹਾ ਉਹ ਕਾਂਗਰਸ ਦੀ ਦੇਣ, ਇਹ ਕਿਵੇਂ ਬੰਦ ਕਰ ਲੈਣਗੇ? ਹਾਂ ਇਹ ਠੀਕ ਆ ਵੀ ਇਹ ਘੱਟ ਵੱਧ ਖਰੀਦ ਕਰਕੇ ਹੋਰ ਸੂਬਿਆਂ ਤੋਂ ਵਧਾ ਦੇਣ ਕਰ ਦੇਣ, ਉਹਦਾ ਆਪਾਂ ਮੁਕਾਬਲਾ ਕਰਨਾ। ਪਰ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਇਸ ਮਾਧਿਅਮ ਨਾਲ ਕਹਿਣਾ ਚਾਹੁੰਦਾ, ਇਹ ਹੁੰਦਾ ਕਿਉਂ ਆ? ਇਹ ਉਦੋਂ ਹੁੰਦਾ ਜਦੋਂ ਇੱਕ ਪਾਰਲੀਮੈਂਟ ਡੈਮੋਕ੍ਰੇਸੀ, ਪਾਰਲੀਮੈਂਟ ਲੋਕਤੰਤਰ 'ਚ ਜਦੋਂ ਪਹਿਲੀ ਇੱਕ ਸੱਤਾ ਮੈਜੋਰਿਟੀ, ਬਹੁਤ ਜ਼ਿਆਦਾ ਮੈਜੋਰਿਟੀ ਉਹ ਇੱਕ ਪਾਰਟੀ ਦੇ ਹੱਥ ਆ ਜੇ, ਪਾਰਟੀ ਤੋਂ ਬਾਅਦ ਉਹ ਮੈਜੋਰਿਟੀ ਖਾਸ ਤੌਰ 'ਤੇ ਇੱਕ ਬੰਦੇ ਦੇ ਹੱਥ ਆ ਜੇ, ਜਿਵੇਂ ਅੱਜ ਮੋਦੀ ਸਾਹਿਬ ਦੇ ਹੱਥ ਆਈ ਆ। ਪਾਰਟੀ ਵੀ ਬਹੁਤ ਮੈਜੋਰਿਟੀ ਜਦੋਂ ਪਾਰਟੀ ਦੇ ਵਿੱਚ ਮੋਦੀ ਸਾਹਿਬ ਸਭ ਤੋਂ ਵੱਡੇ ਨੇ, ਅਤੇ ਤਾਂ ਇੱਕ ਇਹੋ ਜਿਹੇ ਹਾਲ ਹੁੰਦੇ ਆ, ਤਾਂ ਤਾਨਾਸ਼ਾਹੀ ਬਣਦਾ, ਬੰਦਾ ਤਾਂ ਅੰਨਾ ਹੁੰਦਾ। ਪਰ ਇੱਕ ਗੱਲ, ਬਹੁਤ ਗੱਲਾਂ ਕੀਤੀਆਂ ਜਾ ਰਹੀਆਂ, ਮੈਂ ਇੱਕ ਗੱਲ ਤੁਹਾਡੇ ਇਸ ਮੀਡੀਆ ਰਾਹੀਂ ਕਹਿਣਾ ਚਾਹੁੰਦਾ, ਜਿਹੜੇ ਵੀ ਮੰਚ ਨੇ, ਚਾਹੇ ਉਹ ਕਿਸੇ ਵੀ ਲੱਗੇ ਆ, ਕਿਸਾਨਾਂ ਦੇ ਮੰਚ, ਕਿਸਾਨ ਤਾਂ ਇਹੋ ਜਿਹੀ ਗੱਲ ਕਰਦੇ ਹੀ ਨਹੀਂ ਖੈਰ, ਕਿਸਾਨ ਤਾਂ ਬਹੁਤ ਤਰੀਕੇ ਨਾਲ ਪਿਆਰ ਨਾਲ ਅੱਗੇ ਐਜੀਟੇਸ਼ਨ ਜਾ ਰਿਹਾ ਲੈ ਕੇ, ਪਰ ਕੁਛ ਜਿਹੜੇ ਗਰਮ ਖਿਆਲੀ ਬੰਦੇ ਨੇ ਉਹ ਕਈ ਵਾਰ ਉੱਥੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰ ਲੈਂਦੇ ਆ। ਦੇਸ਼ 'ਤੇ ਸਾਡਾ ਸਭ ਤੋਂ ਵੱਧ ਹੱਕ ਆ, ਸਭ ਤੋਂ ਵੱਧ ਆਜ਼ਾਦੀ ਦਿਵਾਉਣ 'ਚ ਅਸੀਂ ਕੁਰਬਾਨੀਆਂ ਦਿੱਤੀਆਂ, ਅਸੀਂ ਇਸ ਦੇਸ਼ ਤੋਂ ਆਪਣਾ ਹੱਕ ਕਿਵੇਂ ਛੱਡ ਦਾਂਗੇ? ਇਹਨਾਂ ਨੂੰ ਦੇਣਾ ਪਊਗਾ, ਉਹ ਚਾਹੇ ਜਿਵੇਂ ਚਾਹੇ, ਹੁਣ ਜੇ ਪਿਆਰ ਨਾਲ ਲਿਆ ਚਾਹੇ ਗੁੱਸੇ ਨਾਲ ਲਵਾਂਗੇ, ਲਵਾਂਗੇ, ਇਹਨਾਂ ਨੂੰ ਦੇਣਾ ਪਊਗਾ। ਇਸ ਕਰਕੇ ਮੋਦੀ ਸਾਹਿਬ, ਦੂਜੀ ਗੱਲ, ਤੁਸੀਂ ਬਹੁਤ ਸੈਂਸਿਟਿਵ ਸਟੇਟਾਂ ਨੂੰ ਹੱਥ ਪਾ ਰਹੇ ਹੋ, ਜਿੱਥੇ ਮਾਈਨੋਰਿਟੀ ਸਟੇਟਾਂ ਹੈ ਤੁਸੀਂ ਉਹਨਾਂ ਨੂੰ ਹੱਥ ਪਾ ਰਹੇ ਹੋ। ਦੇਖੋ, ਪਹਿਲਾਂ ਤੁਸੀਂ ਜੰਮੂ ਕਸ਼ਮੀਰ ਦਾ ਟੁਕੜੇ ਟੁਕੜੇ ਕਰਤੇ, ਉੱਧਰ ਪਾਕਿਸਤਾਨ ਲੱਗਦਾ ਹੈ, ਉੱਧਰ ਚਾਈਨਾ ਲੱਗਦਾ ਹੈ, ਲਦਾਖ 'ਤੇ ਉੱਥੇ ਤੁਸੀਂ ਟੁਕੜੇ ਟੁਕੜੇ ਕਰਤੇ, ਲੋਕਾਂ ਨੂੰ ਪੂਰਾ ਇਸ ਵੇਲੇ ਉਲਟ ਕੀਤਾ ਹੋਇਆ। ਹੁਣ ਤੁਸੀਂ ਪੰਜਾਬ, ਜਿਹਨੂੰ ਪਾਕਿਸਤਾਨ ਸਭ ਤੋਂ ਸਾਰੇ ਪਾਸਿਓਂ ਲੱਗਦਾ, ਹੁਣ ਤੁਸੀਂ ਪੰਜਾਬ ਨੂੰ ਛੇੜਾ ਛੇੜਾ ਛੇੜਦੇ ਹੋ, ਫਿਰ ਮੁਲਕ ਬਚੂ ਕਿਵੇਂ? ਜੇ ਤੁਸੀਂ ਜੰਮੂ ਕਸ਼ਮੀਰ ਨਾਲ ਵੀ ਲੋਕਾਂ ਨਾਲ ਧੋਖਾ ਕਮਾ ਰਹੇ ਹੋ, ਹੁਣ ਪੰਜਾਬ ਦੇ ਲੋਕਾਂ ਨਾਲ ਧੋਖਾ ਕਮਾ ਰਹੇ ਹੋ, ਇਹੋ ਜਿਹੀ ਗੱਲ ਕਰੋਗੇ ਤਾਂ ਦੋਨੋਂ ਬਾਰਡਰਾਂ 'ਤੇ ਅੱਗ ਲੱਗ ਜੂਗੀ, ਤੁਹਾਡੀ ਮਦਦ ਕੌਣ ਕਰੂਗਾ? ਇਹੀ ਰੋਜ਼ ਵਿਚਾਰੇ ਸ਼ਹੀਦ ਹੋ ਕੇ ਨੌਜਵਾਨ ਰੋਜ਼ ਪਿੰਡਾਂ ਦੇ ਵਿੱਚ ਆਉਂਦੇ ਆ ਅਤੇ ਇਹਨਾਂ ਦੇ ਸੰਸਕਾਰ ਹੁੰਦੇ ਆ ਅਤੇ ਸ਼ਹੀਦ ਉੱਥੇ ਜਿਹੜੇ ਆ ਲੋਕ ਆ ਉਹ ਰਸਮਾਂ ਅਦਾ ਕਰਦੇ ਆ, ਤਬੂਤ 'ਚ ਪੈ ਕੇ ਆਉਂਦੇ ਆ, ਅਤੇ ਤੁਸੀਂ ਦੋਨੋਂ ਸਟੇਟਾਂ ਨੂੰ ਛੇੜਨ ਲੱਗ ਗਏ। ਅਤੇ ਇਸ ਕਰਕੇ ਇਸ ਗੱਲ ਤੋਂ ਬਚੋ, ਹਜੇ ਵੀ ਟਾਈਮ ਆ। ਇਹ BJP ਵਾਲੇ ਲੀਡਰ ਫਿਰ ਕਹਿੰਦੇ ਆ ਜੀ ਪਰਚਾ ਦਰਜ ਕਰਾਓ, ਨਾ ਕਰਾਓ, ਉਹ 100 ਕਰਾਓ, ਪਰ ਹਜੇ ਅੱਗ ਜਿਹੜੀ ਚੰਗਿਆਰੀ ਲੱਗੀ ਹੋਈ ਆ, ਇਹ ਚੰਗਿਆਰੀ ਤੁਹਾਡੇ ਘਰਾਂ ਤੱਕ ਪਹੁੰਚਣ ਨੂੰ ਟਾਈਮ ਨਹੀਂ ਲੱਗਣਾ। ਰੱਬ ਦੇ ਵਾਸਤੇ ਆਹ ਪ੍ਰੂਫ ਆ ਜਿਹੜੇ ਤੁਸੀਂ ਵੀ ਲੈ ਕੇ ਜਾਓ ਵੀ ਹਾਂ ਭਾਈ, ਬਾਕੀ ਸੂਬੇ ਦੀ ਗੱਲ ਕਰਦੇ ਹਾਂ ਆਪਾਂ, ਉਹ ਸੂਬਿਆਂ 'ਚ ਤਾਂ ਸਾਡੇ ਕਣਕ ਅਤੇ ਝੋਨਾ ਸਾਡੇ ਆ ਕੇ ਵਿਕ ਰਹੇ ਆ, ਜੇ ਤੁਹਾਡੇ ਚੰਗਾ ਹੋਵੇ ਸਿਸਟਮ ਤਾਂ ਤੁਹਾਡੇ ਕਿਉਂ ਨਾ ਵਿਕੇ? ਇਹ ਤਾਂ ਸਾਫ ਪ੍ਰੂਫ ਹੋ ਗਿਆ ਤੁਹਾਡੇ ਮੂਹਰੇ। ਇਸ ਕਰਕੇ ਮੇਰਾ ਸਿਰਫ ਮਕਸਦ ਇੰਨਾ ਸੀ ਵੀ ਆ ਆਰੋਪਬਾਜ਼ੀ ਲਾਉਣੀ ਵੀ ਤੁਸੀਂ MSP ਪੰਜਾਬ ਦੇ ਉੱਤੇ ਦੇ ਕੇ ਮਾਲ ਸਾਰੇ ਦੇਸ਼ ਦਾ ਇੱਥੇ ਭੇਜਦੇ ਹੋ, ਜੇਬਾਂ ਸਾਰੀਆਂ ਇੱਥੇ ਪੰਜਾਬ ਦੇ ਨਾਂ ਤੋਂ ਭਜਵਾਉਂਦੇ ਹੋ ਵੀ ਪੰਜਾਬ 'ਚ ਸੀ, ਅਤੇ ਜੇਬਾਂ ਉਹਨਾਂ ਦੀਆਂ ਭਰਵਾਉਂਦੇ ਹੋ, ਅਤੇ ਜਿਹੜਾ ਆਰੋਪ ਆ ਉਹ ਸਾਡੇ 'ਤੇ ਲਾਉਂਦੇ ਹਾਂ ਵੀ ਅਸੀਂ MSP ਦੇ ਕੇ ਆਸਾਨ ਕਰਦੇ ਹਾਂ। ਅਸੀਂ ਕਾਹਦਾ ਆਸਾਨ ਕਰਦੇ ਹਾਂ? ਤੁਹਾਡਾ PDS ਸਿਸਟਮ ਅਸੀਂ ਭਰਦੇ ਹਾਂ, ਰਜਾਇਆ ਤੁਹਾਨੂੰ ਅਸੀਂ। ਅਤੇ ਇਸ ਕਰਕੇ ਤੁਸੀਂ ਬਿਲਕੁਲ ਛੇੜਾ ਨਾ ਛੇੜੋ, ਬਹੁਤ ਲੋਕ ਲੱਗੇ ਹੋਏ ਨੇ ਇਸ ਵੇਲੇ ਪੰਜਾਬ 'ਚ ਅੱਗ ਲਾਉਣ ਲੱਗੀ, ਉਹਨੂੰ ਵੀ ਸਮਝੋ। ਅਸੀਂ ਪੋਲੀਟੀਕਲ ਪਾਰਟੀਆਂ ਤਾਂ ਦਾਇਰੇ 'ਚ ਰਹਿ ਕੇ ਲੜਦੇ ਹਾਂ, ਪਰ ਇਸ ਵੇਲੇ ਬਹੁਤ ਲੋਕ ਨੇ ਜਿਹੜੇ ਇਸ ਤਾਕ 'ਚ ਬੈਠੇ ਸੀ, ਉਹ ਬਹੁਤ ਤਰ੍ਹਾਂ ਤਰ੍ਹਾਂ ਦੇ ਭਾਸ਼ਣ, ਤਰ੍ਹਾਂ ਤਰ੍ਹਾਂ ਦੇ ਵਾਇਲੈਂਸ ਜਿਹੜੀ ਉਹ ਕ੍ਰੀਏਟ ਕਰਨ ਨੂੰ ਉਹ ਭਾਸ਼ਣ ਕਰ ਰਹੇ ਆ। ਲੋਕ, ਕਿਸਾਨ ਕਿਉਂਕਿ ਗੁੱਸੇ 'ਚ ਨੇ, ਜੇ ਕਿਤੇ ਉਹਨਾਂ ਦੇ ਹੱਥ ਚੜ ਗਏ, ਜੇ ਕਿਸਾਨ ਮਜ਼ਦੂਰ ਆੜਤੀਏ ਜੇ ਉਹਨਾਂ ਦੇ ਹੱਥ ਚੜ ਗਏ, ਫਿਰ ਤੁਹਾਡੇ ਪੱਲੇ ਕੁਛ ਨਹੀਂ ਰਹਿਣਾ, ਫਿਰ ਹਰ ਜਗ੍ਹਾ ਵਾਇਲੈਂਸ ਹੋਏਗੀ।
ਭੰਨ ਤੋੜ ਹੋਏਗੀ ਫਿਰ ਕਿਸੇ ਤੋਂ ਕੰਟਰੋਲ ਨਹੀਂ ਹੋਣਾ ਘਰਾਂ ਚ ਅੱਗਾਂ ਲੱਗਣਗੀਆਂ ਫਿਰ ਅਸੀਂ ਕਿੱਥੇ ਜਾਵਾਂਗੇ ਫਿਰ ਉਹ ਸਥਿਤੀ ਤੁਸੀਂ ਜ਼ਰੂਰ ਲਿਆਉਣੀ ਹੈ ਦੋਨੋਂ ਜੇ ਜੰਮੂ ਕਸ਼ਮੀਰ ਤੇ ਪੰਜਾਬ ਫਿਰ ਜੇ ਦੋਨਾਂ ਨੂੰ ਛੇੜੋਗੇ ਇੱਕ ਹੋ ਗਏ ਤਾਂ ਫਿਰ ਕੀ ਬਣੂਗਾ ਇਹ ਚੀਜ਼ਾਂ ਦਾ ਵਿਚਾਰ ਕੌਣ ਕਰੂਗਾ ਏਜੰਸੀਆਂ ਕਿੱਥੇ ਸੁੱਤੀਆਂ ਪਈਆਂ ਦੱਸਦੀਆਂ ਨਹੀਂ ਗੀਆਂ ਵੀ ਜੇ ਇਹ ਰਲ ਕੇ ਕੰਮ ਹੋਣ ਲੱਗ ਗਿਆ ਤੇ ਫਿਰ ਕਿੱਧਰ ਜਾਵਾਂਗੇ ਆਪਾਂ ਇਸ ਕਰਕੇ ਇਸ ਗੱਲ ਦਾ ਬਹੁਤ ਸੀਰੀਅਸ ਵਿਚਾਰ ਕਰੋ ਮੈਂ ਵੀ ਮਿਲ ਕੇ ਵੀ ਤੁਹਾਨੂੰ ਇਹ ਗੱਲ ਸਮਝਾਉਣੀ ਚਾਹੁੰਦਾ ਹੈ ਵੀ ਇਹ ਪੰਜਾਬ ਦੀ ਹਿਸਟਰੀ ਨੂੰ ਦੇਖੋ ਪੰਜਾਬ ਨੂੰ ਦੇਖੋ ਇਹਨੇ ਨੇ ਕਦੇ ਬਰਦਾਸ਼ਤ ਨਹੀਂ ਕੀਤਾ ਧੱਕਾ ਇਹ ਇੱਕ ਮੈਸੇਜ ਤੁਸੀਂ ਜਿਹੜਾ ਹੋਰ ਕਹਿੰਦੇ ਹੋ ਵੀ ਇਹ ਕਾਂਗਰਸ ਦਾ ਚਲਾਇਆ ਹੋਇਆ ਐਜੂਟੇਸ਼ਨ ਆ ਇਹ ਦਲਾਲ ਬੈਠੇ ਆ ਤੁਸੀਂ ਹੋਰ ਅੱਗ ਲਾ ਰਹੇ ਹੋ ਨੱਡਾ ਸਰ ਤੁਸੀਂ ਤਾਂ ਨਾਲ ਦੀ ਸਟੇਟ ਚੋਂ ਨਿਕਲਦੇ ਹੋ ਰੋਜ਼ ਤੁਹਾਨੂੰ ਨਹੀਂ ਪਤਾ ਪੰਜਾਬ ਦਾ ਇਹ ਕਿਸਾਨ ਬੈਠਾ ਹੈ ਜਾਂ ਕੌਣ ਬੈਠਾ ਹੈ ਤੁਸੀਂ ਹੋਰ ਛੇੜਦੇ ਹੋ ਉਹਨੂੰ ਇਹ ਅੱਗ ਨਾ ਲਾਓ ਮੈਂ ਬਾਰ ਬਾਰ ਤੁਹਾਨੂੰ ਇਹ ਬੇਨਤੀ ਕਰਦਾ ਤੇ ਇਸ ਕਰਕੇ ਆ ਪ੍ਰੂਫ ਆ ਜਿਹੜੇ ਤੁਹਾਡੇ ਮੂਹਰੇ ਰੱਖਣ ਲੱਗਿਆ ਤੇ ਜਿਹੜੇ ਰੱਦੀ ਦੀ ਟੋਕੜੀ ਬਿੱਲ ਆ ਤੁਹਾਨੂੰ ਉਹ ਸ਼ਾਇਦ ਅਸ਼ਵਨੀ ਜੀ ਨੇ ਤੇ ਉਹ ਚੁੱਕ ਸਾਹਿਬ ਨੇ ਤੁਹਾਨੂੰ ਰੱਦੀ 'ਚ ਜਿਹੜੇ ਬਿੱਲ ਅਸੀਂ ਸਿੱਟੇ ਆ ਤੁਹਾਡੇ ਉਹ ਭੇਜਤੇ ਹੋਣੇ ਆ ਤੋਹਫਾ ਬਣਾ ਕੇ ਤੇ ਆ ਦੂਜਾ ਤੋਹਫਾ ਤੁਹਾਨੂੰ ਜਿਹੜਾ ਇਹ ਅੱਜ ਇਹਦੇ ਵਿੱਚ ਇਹ ਸੈਂਕੜੇ ਟਰੱਕਾਂ ਦੇ ਨੰਬਰ ਤੇ ਕਿੱਥੋਂ ਦੇ ਸਟੇਟ ਦੇ ਆਏ ਹੋਏ ਆ ਉਹ ਅੱਜ ਤੁਹਾਨੂੰ ਮੈਂ ਇਹ ਪੋਸਟ ਕਰ ਦੂੰਗਾ ਚਿੱਠੀ ਤੁਹਾਡੇ ਕੋਲ ਦੋ ਤਿੰਨ ਦਿਨ ਨੂੰ ਇਹ ਸਾਰੀ ਪਹੁੰਚ ਜਾਏਗੀ ਤੇ ਘੋਪ ਕਰ ਲਿਓ ਫਿਰ ਤੁਹਾਨੂੰ ਪਤਾ ਲੱਗੂ ਵੀ ਦਲਾਲ ਪੰਜਾਬ ਆ ਜਾਂ ਦਲਾਲ ਤੁਸੀਂ ਦੇਖੋ ਸਾਰੇ ਮੀਡੀਆ ਵਾਲੇ ਮੈਂ ਸਮਝਦਾ ਜਿੰਨੀ